ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਸੁਪਰੀਮ ਕੋਰਟ ਵੱਲੋਂ ਸਰਕਾਰੀ ਇਸ਼ਤਿਹਾਰਾਂ ਦੇ ਮੁੱਦੇ ਤੇ ਆ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਰਾਜਸੀ ਧਿਰਾਂ, ਖਾਸ ਤੌਰ ਤੇ ਜਿਹੜੀਆਂ ਸੱਤਾ 'ਚ ਬੈਠੀਆਂ, ਉਹਨਾਂ ਨੂੰ ਕਿਹਾ ਕਿ ਪਬਲਿਕ ਫੰਡ ਜਿਹੜਾ ਹੈਗਾ ਆਪਣੇ ਰਾਜਸੀ ਮੰਤਵ ਲਈ ਵਰਤਣ ਤੋਂ ਗਰੇਜ਼ ਕੀਤਾ ਜਾਏ। ਬੇਸ਼ੱਕ ਪਹਿਲੀ ਨਜ਼ਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਕਿਸੇ ਅਦਾਲਤ ਦਾ ਇਹ ਸਧਾਰਨ ਫੈਸਲਾ ਲੱਗੇਗਾ, ਪਰ ਜੇ ਦੇਖਿਆ ਜਾਵੇ ਪਬਲਿਕ ਫੰਡ ਜਿਹੜਾ ਹੈਗਾ ਵਾਹਵਾ ਖੱਟਣ ਦੇ ਇਰਾਦੇ ਨਾਲ ਜਿਹੜਾ ਉਜਾੜਿਆ ਜਾਂਦਾ ਹੈ, ਉਸ ਨੂੰ ਰੋਕਣ ਦੇ ਲਈ ਇਹ ਬਹੁਤ ਵੱਡਾ ਫੈਸਲਾ ਹੈ। ਔਰ ਇਸ ਫੈਸਲੇ ਨੇ ਸਰਕਾਰਾਂ, ਰਾਜਸੀ ਪਾਰਟੀਆਂ ਅਤੇ ਕਾਰਪੋਰੇਟ ਹਾਊਸ 'ਚ ਹਲਚਲ ਪੈਦਾ ਕਰ ਦਿੱਤੀ ਹੈ। ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਨ ਦੇ ਲਈ ਅਸੀਂ ਖਾਸ ਤੌਰ 'ਤੇ ਅੱਜ ਜਰਨਲਿਸਟਾਂ ਦਾ ਇੱਕ ਸੀਨੀਅਰ ਪੈਨਲ ਤੁਹਾਡੇ ਸਾਹਮਣੇ ਡਿਸਕਸ਼ਨ ਦੇ ਲਈ ਲਿਆਂਦਾ, ਜਿਹਦੇ ਨਾਲ ਬਿਪਨ ਪੱਬੀ ਜੀ ਨੇ, ਇੰਡੀਅਨ ਐਕਸਪ੍ਰੈਸ ਦੇ ਸੰਪਾਦਕ, ਅਸੀਂ ਉਹਨਾਂ ਨੂੰ ਜੀ ਆ ਸਕਦੇ ਹਾਂ। ਦੂਜੇ ਸਾਡੇ ਨਾਲ ਏ ਐਸ ਪ੍ਰਾਸ਼ਰ, ਜਿਹੜੇ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਸੀ, ਉਹਨਾਂ ਨੂੰ ਵੀ ਜੀ ਆ ਆਖਦੇ ਹਾਂ। ਪੱਬੀ ਜੀ, ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੋਂ ਸ਼ੁਰੂ ਕਰਨ ਲੱਗਿਆ। ਜਿਸ ਤਰ੍ਹਾਂ ਆਪਾਂ ਇਸ 'ਤੇ ਚਰਚਾ ਕੀਤੀ ਹੈ ਵੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹਦੇ ਫੈਸਲੇ ਮੁਤਾਬਕ ਇਹ ਹੈ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ, ਉਹਨਾਂ ਦੀਆਂ ਤਸਵੀਰਾਂ ਤਾਂ ਸਰਕਾਰੀ ਇਸ਼ਤਿਹਾਰਾਂ 'ਚ ਜਾ ਸਕਦੀਆਂ, ਪਰ ਦੂਜੇ ਮੁੱਖ ਮੰਤਰੀ, ਮੰਤਰੀ ਅਤੇ ਹੋਰ ਜਿਹੜਾ ਰਾਜਸੀ ਬਹੁਤ ਲੰਮਾ ਚੌੜਾ ਲਾਣਾ ਹੈਗਾ ਜਿਨ੍ਹਾਂ ਦੀਆਂ ਹਰ ਰੋਜ਼ ਤਸਵੀਰਾਂ ਲੱਗਦੀਆਂ ਤੁਹਾਡੇ ਸਾਡੇ ਖਰਚਿਆਂ ਦੇ ਉੱਤੇ, ਉਹ ਕਹਿੰਦੇ ਕਿ ਇਹ ਤਸਵੀਰਾਂ ਬੰਦ ਹੋਣੀਆਂ ਚਾਹੀਦੀਆਂ, ਇਹਦਾ ਕੀ ਇੰਪੈਕਟ ਪਏਗਾ? ਬਹੁਤ ਹੀ ਸਿਗਨੀਫਿਕੈਂਟ ਹੈ ਜਿਹੜੀ ਜਜਮੈਂਟ ਹੈ, ਔਰ ਕਾਮਨ ਕੌਜ਼ ਕਰਕੇ ਇੱਕ ਆਰਗੇਨਾਈਜੇਸ਼ਨ ਹੈ ਜਿਹਨੇ PIL ਕੀਤੀ ਸੀਗੀ, ਪਬਲਿਕ ਇੰਟਰਸਟ ਲਿਟੀਗੇਸ਼ਨ, ਬਿਲਕੁਲ, ਕਿ ਇਹ ਬੜਾ ਮਿਸਯੂਜ਼ ਕਰਦੇ ਫੰਡਸ ਨੂੰ ਜੀ ਜੀ, ਔਰ ਇਹ ਸਮਝਦੇ ਕਿ ਜਿਹੜੇ ਸਟੇਟ ਦੇ ਫੰਡ ਹੈ, ਜਿਹੜੇ ਗਵਰਨਮੈਂਟ ਦੇ ਫੰਡ ਹੈ, ਉਹ ਸਾਡੇ, ਉਹ ਕਹਿੰਦੇ ਸਾਡੇ ਫੰਡ ਹੈ ਜਦਕਿ ਉਹ ਗਵਰਨਮੈਂਟ ਦੇ ਪਬਲਿਕ ਦੇ ਫੰਡਸ ਹੈ ਜੀ ਜੀ, ਔਰ ਛੋਟੀ ਛੋਟੀ ਚੀਜ਼ ਵਾਸਤੇ ਉਹਨਾਂ ਨੇ ਆਪਣੇ ਫੋਟੋਜ਼ ਲਗਾ ਦੇਣੀਆਂ, ਵੱਡੇ ਵੱਡੇ ਇਸ਼ਤਿਹਾਰ ਦੇਣੇ, ਔਰ ਜਿਹੜਾ ਆਪਣੇ ਆਪ ਨੂੰ ਜਿਹੜਾ ਹੈ ਇੱਕ ਤਰ੍ਹਾਂ ਦਾ ਹੀਰੋ ਬਣਾ ਲੈਣਾ ਜੀ ਜੀ ਦੂਜਿਆਂ 'ਤੇ, ਪੈਸਿਆਂ 'ਤੇ, ਅਤੇ ਇਸ ਕਰਕੇ ਬੜੀ ਸਿਗਨੀਫਿਕੈਂਟ ਚੀਜ਼ ਹੈ। ਹਾਲਾਂਕਿ ਮੈਂ ਇੱਕ ਚੀਜ਼ ਹੋਰ ਪੁਆਇੰਟ ਆਊਟ ਕਰਨਾ ਚਾਹੁੰਦਾ ਇਸ ਸਟੇਜ 'ਤੇ ਕਿ ਸੁਪਰੀਮ ਕੋਰਟ ਨੇ ਲੱਗਦਾ ਕਿ ਥੋੜ੍ਹਾ ਜਿਹਾ ਓਵਰ ਰੀਚ ਕੀਤਾ ਹੈ, ਓਕੇ, ਕਿਉਂਕਿ ਆਫਟਰ ਆਲ ਉਹਦਾ ਕੰਮ ਹੈ ਇੰਟਰਪ੍ਰੀਟ ਕਰਨਾ ਲਾਸ ਨੂੰ, ਲੇਕਿਨ ਇਹ ਜਿਹੜਾ ਹੈ ਉਹਨੇ ਡਾਇਰੈਕਟਿਵ ਦਿੱਤਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਪ੍ਰੈਕਟੀਕਲ ਨਹੀਂ ਰਹੇਗਾ ਜੀ ਜੀ। ਇਹ ਦੇਖਿਆ ਜਾਏਗਾ ਆਪਣਾ ਪਵੀ ਜੀ ਕਿ ਵੀ ਆਉਣ ਵਾਲੇ ਦਿਨਾਂ 'ਚ ਜਦੋਂ ਉਹਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਜਾਂਦੀ ਹੈ ਉਹ ਕਿਸ ਤਰੀਕੇ ਨਾਲ, ਕਿਉਂਕਿ ਸਵਾਲ ਹੈ ਕਿ ਜਿਸ ਪਰਪਸ ਲਈ ਜਾਂ ਜਿਸ ਮੋਟਿਵ ਦੇ ਲਈ ਕੀਤਾ ਗਿਆ ਉਹਨੂੰ ਉਸ ਤਰੀਕੇ ਨਾਲ ਲਾਗੂ ਕੀਤਾ ਜਾਂਦਾ ਹੇਠਾਂ ਤੱਕ ਨਹੀਂ ਕੀਤਾ ਜਾਂਦਾ। ਪਰ ਅਸ਼ੀ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਇਹਨਾਂ ਮੁੱਦਿਆਂ 'ਤੇ, ਤਾਂ ਤੁਸੀਂ ਵੀ ਬੀਂਗ ਏ ਜਰਨਲਿਸਟ, ਬੜਾ ਤੁਹਾਡਾ ਤਜਰਬਾ ਹੈਗਾ ਇਹਨਾਂ ਬੜੀਆਂ ਸਰਕਾਰਾਂ ਤੁਸੀਂ ਦੇਖੀਆਂ ਹੈਗੀਆਂ, ਜੋ ਡਿਸੀਜਨ ਆਇਆ ਤਾਂ ਕੀ ਇੰਪੈਕਟ ਪਏਗਾ? ਤਾਂ ਜੀ, ਗੱਲ ਇਹ ਹੈ ਕਿ ਇਹ ਜਿਹੜਾ ਸੁਪਰੀਮ ਕੋਰਟ ਨੇ ਇਹ ਜਿਹੜਾ ਫੈਸਲਾ ਕੀਤਾ ਹੈ ਜੀ, ਮੈਂ ਸਮਝਦਾ ਹਾਂ ਕਿ ਇਹ ਸਮੇਂ ਦੀ ਪੁਕਾਰ ਸੀ, ਇਹਦੀ ਲੋੜ ਸੀ। ਇਹ ਇੱਕ ਦਿੱਲੀ ਦੀ ਇੱਕ NGO ਹੈਗੀ ਹੈ ਕਾਮਨ ਕੌਜ਼, ਉਹਨੇ ਇਹਦੇ 'ਤੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਸਰਕਾਰੀ ਖਜ਼ਾਨੇ 'ਤੇ ਬੋਝ ਪਾ ਕੇ ਜਿਹੜੇ ਪੋਲੀਟੀਸ਼ੀਅਨਸ ਹੈ ਜੀ, ਉਹ ਆਪਣੀ ਜਿਹੜੀ ਹੈ ਸੈਲਫ ਪ੍ਰੋਜੈਕਸ਼ਨ ਕਰਦੇ ਹੈ, ਔਰ ਇਹ ਸਰਕਾਰੀ ਖਰਚੇ 'ਤੇ ਅਖਬਾਰਾਂ 'ਚ ਜਿਹੜੇ ਇਸ਼ਤਿਹਾਰ ਦਿੰਦੇ ਹੈ ਉਹਨਾਂ 'ਚ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਆ, ਫੰਡ ਦਾ ਮਿਸਯੂਜ਼ ਹੈਗਾ ਜੀ ਜੀ। ਸੁਪਰੀਮ ਕੋਰਟ ਨੇ ਇਹਦਾ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਇਸ ਇਸ਼ੂ ਦੇ ਉੱਤੇ ਹਾਲੇ ਤੱਕ ਕੋਈ ਵੀ ਪੋਲਿਸੀ ਨਹੀਂ ਬਣੀ ਸਰਕਾਰਾਂ ਦੀ ਕਿ ਕਿਸ ਤਰ੍ਹਾਂ ਦੇ ਇਸ਼ਤਿਹਾਰ ਅਖਬਾਰਾਂ 'ਚ ਛਪਣਗੇ ਔਰ ਉਹਦੇ ਵਿੱਚ ਕਿਹੜੇ ਕਿਹੜੇ ਦੀ ਫੋਟੋ ਛਪੇਗੀ। ਇਸ ਲਈ ਇੱਕ ਤਾਂ ਉਹਨਾਂ ਨੇ ਸਾਰੀਆਂ ਸਟੇਟਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਜੀ ਕਿ ਤੁਸੀਂ ਜਿਸ ਲਈ ਇਹੋ ਜਿਹੇ ਇਸ਼ਤਿਹਾਰ ਬਣਾਓ ਤਾਂ ਇੱਕ ਕਮੇਟੀ ਬਣਾਓ, ਕਮੇਟੀ ਜਿਹੜੀ ਹੈ ਇਹਦੇ ਜਿਹੜੇ ਬੇਸਿਕ ਜਿਹੜੇ ਨਿਯਮ ਹੈਗੇ ਆ ਉਹ ਤਿਆਰ ਕਰੇ, ਕ੍ਰਾਈਟੀਰੀਆ ਤਿਆਰ ਕਰੇ, ਔਰ ਤਾਂ ਤੱਕ ਜਿੰਨੀ ਦੇਰ ਨਹੀਂ ਹੁੰਦਾ ਤਾਂ ਉਸ ਤਾਂ ਤੱਕ ਸਿਰਫ ਪ੍ਰਧਾਨ ਮੰਤਰੀ, ਸਿਰਫ ਚੀਫ ਜਸਟਿਸ ਆਫ ਇੰਡੀਆ, ਸਿਰਫ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਇਸ਼ਤਿਹਾਰ ਔਰ ਉਹਨਾਂ ਦੀਆਂ ਫੋਟੋਆਂ ਛਪਣਗੀਆਂ ਜੀ। ਬਿਲਕੁਲ ਭਾਬੀ ਜੀ, ਗੱਲ ਜਿਹੜੀ ਪ੍ਰਾਸ਼ਾ ਜੀ ਨੇ ਇਸ਼ੂ ਰੇਜ਼ ਕੀਤਾ ਕਿ ਇਹਦੀ ਜਿਹੜੀ ਮਿਸਯੂਟੀਲਾਈਜੇਸ਼ਨ ਹੈਗੀ ਆ ਕਿ ਤੁਸੀਂ ਪੂਰੇ ਦੇ ਪੂਰੀ ਸਰਕਾਰ ਦੀਆਂ, ਖਾਸ ਤੌਰ 'ਤੇ ਜਿਹੜੇ ਮੰਤਰੀ ਤੁਹਾਡੇ ਪਸੰਦੀਦਾ ਮੰਤਰੀ ਹੈ ਉਹਨਾਂ ਦੀਆਂ ਡੇਲੀ ਜਿਹੜੀਆਂ ਹੈਗੀਆਂ ਮੀਡੀਆ ਦੇ ਅੰਦਰ ਜਿਹੜੀਆਂ ਹੈਗੀਆਂ, ਪ੍ਰਿੰਟ ਮੀਡੀਆ 'ਚ, ਇਲੈਕਟ੍ਰੋਨਿਕ ਮੀਡੀਆ, ਫੋਟੋਜ਼ ਜਾਂਦੀਆਂ, ਉਹ ਲੱਗਦਾ ਨਹੀਂ ਹੈਗਾ ਕਿ ਵੀ ਇਹ ਇਸ਼ੂ ਆਇਆ ਹੀ ਇਸ ਕਰਕੇ ਕਿ ਬਹੁਤ ਵੱਡੀ ਪੱਧਰ 'ਤੇ ਮਿਸਯੂਜ਼ ਹੋ ਰਿਹਾ ਸੀ, ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਹੋ ਰਿਹਾ ਸੀ, ਔਰ ਲੋਕਾਂ ਨੂੰ ਫਰੈਂਕਲੀ ਬੜਾ ਇਰੀਟੇਟਿੰਗ ਲੱਗਦਾ ਸੀ ਕਿ ਜਿੱਥੇ ਜਾਓ, ਜਿਹੜੇ ਸ਼ਹਿਰ ਜਾਓ, ਜਿਹੜੇ ਸੜਕਾਂ 'ਤੇ ਜਾਓ, ਇਹਨਾਂ ਦੀਆਂ ਫੋਟੋਆਂ ਸਾਹਮਣੇ ਦੇਖਣ ਨੂੰ ਮਿਲਦੀਆਂ ਜੀ ਜੀ। ਹਾਲਾਂਕਿ ਇਹਨਾਂ ਦਾ ਚਾਹੇ ਉਹਦੇ ਵਿੱਚ ਰੋਲ ਹੋਏ ਕਿੰਨਾ ਨਾ ਹੋਏ, ਲੇਕਿਨ ਉਹ ਫੋਟੋਆਂ ਜ਼ਰੂਰ ਉਹਨਾਂ ਦੀ ਹਰ ਇੱਕ ਜਗ੍ਹਾ 'ਤੇ ਲੱਗੀਆਂ ਹੁੰਦੀਆਂ, ਦੇਖ ਕੇ ਹੋ ਸਕਦਾ ਚੰਗੀਆਂ ਵੀ ਲੱਗਦੀਆਂ। ਨਹੀਂ ਨਹੀਂ, ਕਿਸੇ ਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਇਹ ਪਸੰਦ ਆਉਂਦੀਆਂ, ਆਪਣੇ ਫੋਟੋ ਤਾਂ ਚੰਗੀ ਲੱਗਦੀ, ਸਿਰਫ ਆਪਣੇ ਆਪ ਲੱਗਦੀ ਜੀ। ਕਿ ਸੁਪਰੀਮ ਕੋਰਟ ਨੇ ਸ਼ਾਇਦ ਇਸ ਮਾਮਲੇ ਵਿੱਚ ਥੋੜ੍ਹਾ ਜਿਹਾ ਓਵਰ ਰੀਚ ਕੀਤਾ ਹੈ, ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਇਹ ਕਹਿਣਾ ਚਾਹੂੰਗਾ ਕਿ ਸੁਪਰੀਮ ਕੋਰਟ ਨੇ ਇਸ ਗੱਲ ਦਾ ਧਿਆਨ ਰੱਖਦੇ ਹੋਏ ਕਿ ਲੋਕਾਂ 'ਚ ਇਹ ਇੰਪ੍ਰੈਸ਼ਨ ਨਾ ਜਾਏ ਕਿ ਸਾਰਾ ਸਾਡਾ ਓਵਰ ਐਕਟਿਵਿਜ਼ਮ ਹੋ ਰਿਹਾ,
ਉਹ ਕਹਿੰਦੇ ਹੈ ਕਿ ਇਹਦੇ ਵਿੱਚ ਇਸ਼ਤਿਹਾਰ ਜਾਰੀ ਕਰਨ ਦੇ ਵਿੱਚ ਔਰ ਉਹ 'ਚ ਫੋਟੋਆਂ ਲਗਾਉਣ ਦੀ ਕੋਈ ਪੋਲਿਸੀ ਹੈ? ਜੇ ਕੋਈ ਪੋਲਿਸੀ ਹੈ ਤਾਂ ਦਿਖਾਓ, ਜੇ ਨਹੀਂ ਦਿਖਾਈ ਤਾਂ ਵੀ ਵਿਲ ਸੈੱਟ ਦੀ ਪੋਲਿਸੀ। ਬਿਲਕੁਲ ਬਿਲਕੁਲ, ਇਹ ਪੋਲਿਸੀ ਸੈੱਟ ਕਰਨ ਲਈ ਉਹਨਾਂ ਨੇ ਕਿਹਾ ਹੋਇਆ ਕਿ 3 ਮੈਂਬਰੀ ਕਮੇਟੀਆਂ ਬਣਾਓ, ਉਹ ਕ੍ਰਾਈਟੇਰੀਆ ਡਿਸਾਈਡ ਕਰੇ ਕਿ ਕਿਹੜੀ ਫੋਟੋ ਜਾਣੀ ਹੈ, ਨਹੀਂ ਜਾਣੀ ਹੈ, ਜਾਣੇ ਦੀ ਲੋੜ ਹੈ ਵੀ ਹੈ ਕਿ ਨਹੀਂ ਹੈ। ਜੀ ਜੀ, ਸੋ ਮੈਂ ਸਮਝਦਾ ਹਾਂ ਕਿ ਸੁਪਰੀਮ ਕੋਰਟ ਨੇ ਬਹੁਤ ਅੱਛਾ ਸਟੈਪ ਲਿਆ, ਬਿਲਕੁਲ ਇਹਨੂੰ ਸਭ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਭਾਬੀ ਜੀ, ਜਿਹੜਾ ਇਸ਼ੂ ਜੀ, ਜਿਹੜਾ ਇਸ਼ੂ ਰੇਜ਼ ਹੋਇਆ ਕਿ ਇੰਨੀਆਂ ਤਸਵੀਰਾਂ ਲੱਗਦੀਆਂ, ਕਰੋੜਾਂ ਰੁਪਇਆ ਜਿਹੜਾ ਉਹਦੇ 'ਤੇ ਇਨਵੈਸਟ ਕੀਤਾ ਜਾਂਦਾ ਹੈ, ਫਰਾਸ਼ੀ ਜੀ ਦੇ ਜਿਵੇਂ ਕਹਿਣਾ ਕਿ ਇਹਦੀ ਪੋਲਿਸੀ ਕੋਈ ਨਹੀਂ ਬਣੀ ਅੱਜ ਤੱਕ, ਇੱਕ ਤਸਵੀਰ ਲੱਗਣੀ ਕਿਵੇਂ ਹੈ? ਬਿਲਕੁਲ ਬਿਲਕੁਲ, ਇਹ ਤਾਂ ਉਹਨਾਂ ਦਾ ਆਪਣੀ ਮਰਜ਼ੀ ਨਾਲ ਹੁੰਦਾ ਸੀ ਕਿਹੜੇ ਅਖਬਾਰ ਨੂੰ ਦੇਣੀ ਹੈ, ਕਿੰਨੀ ਦੇਣੀ ਹੈ, ਜੀ ਕੋਈ ਖਿਲਾਫ ਲਿਖ ਰਿਹਾ ਤਾਂ ਉਹਨੂੰ ਨਹੀਂ ਦੇਣੀ ਹੈ, ਜੀ ਟੀਵੀ ਚੈਨਲਸ ਨੂੰ ਦੇਣੀ ਹੈ, ਕਿਸੇ ਨੂੰ ਨਹੀਂ ਦੇਣੀ ਹੈ, ਤਾਂ ਬਹੁਤ ਜ਼ਿਆਦਾ ਇੰਡਿਸਕ੍ਰਿਮੀਨੇਸ਼ਨ ਸੀ ਕਿ ਸਿਰਫ ਫੋਟੋਆਂ ਦਾ ਸਾਈਜ਼ ਦੇ ਉੱਤੇ ਵਜ਼ੀਰਾਂ ਵਿੱਚ ਲੜਾਈ ਹੁੰਦੀ ਸੀ ਕਿ ਇਹਨਾਂ ਦੀ ਫੋਟੋ ਵੱਡੀ ਛਪ ਗਈ ਹੈ, ਇਹ ਮੇਰੀ, ਮੈਂ ਜ਼ਿਆਦਾ ਕੈਬਨਿਟ ਮਿਨਿਸਟਰ, ਮੇਰੀ ਉੱਪਰ ਆਉਣੀ ਚਾਹੀਦੀ ਸੀ, ਇਸ ਦੇ ਉੱਤੇ ਲੈ ਕੇ ਲੋਕ ਸੰਪਰਕ ਵਿਭਾਗ ਜਿਹੜਾ ਰੋਜ਼ ਉਹਦੇ ਵਿੱਚ ਯੁੱਧਕਾਂਡ ਹੁੰਦਾ ਸੀ। ਮੈਨੂੰ ਲੱਗਦਾ ਭਵੀ ਜੀ ਜਦੋਂ ਇਹ ਡਿਸੀਜਨ ਲਿਆ ਗਿਆ ਤਾਂ ਸੁਪਰੀਮ ਕੋਰਟ ਨੇ ਇਹ ਵੀ ਦੇਖਿਆ ਹੈਗਾ ਕਿ ਜਿਸ ਤਰ੍ਹਾਂ ਇਹ ਜਿਹੜਾ ਹੈਗਾ ਸਰਕਾਰੀ ਤਾਨ ਜਿਹੜਾ ਹੈਗਾ, ਲੋਕਾਂ ਦਾ ਪੈਸਾ ਹੈਗਾ, ਉਹਨੂੰ ਦੁਰਵਰਤੋਂ ਹੋ ਰਹੀ ਹੈ, ਇਸ ਲਈ ਜ਼ਰੂਰੀ ਸੀ। ਤੁਹਾਨੂੰ ਲੱਗਦਾ ਨਹੀਂ ਕਿ ਸੁਪਰੀਮ ਕੋਰਟ ਨੇ ਜਿਹੜਾ ਦਖਲ ਦਿੱਤਾ ਹੈ, ਇਹਦੀ ਕਿਸੇ ਨਾ ਕਿਸੇ ਪੱਧਰ 'ਤੇ ਇਹਦੀ ਜ਼ਰੂਰਤ ਵੀ ਸੀ? ਡੈਫੀਨੇਟਲੀ ਸੀ, ਕਿਉਂਕਿ ਆਮ ਲੋਕਾਂ ਦੇ ਵਿੱਚ ਵੀ ਇਹ ਫੀਲਿੰਗ ਆਈ ਹੋਈ ਸੀ ਔਰ ਜਿਹੜੀ ਸਰਕਾਰ ਵੇਸਟ ਕਰ ਰਹੀ ਸੀ ਪੈਸੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਨ ਦਾ ਫੇਸ ਆਫ ਇਟ ਬਹੁਤ ਅੱਛਾ ਫੈਸਲਾ ਹੈ ਇਹਦਾ, ਔਰ ਕੋਈ ਨਾ ਕੋਈ ਇੱਕ ਲਗਾਮ ਲੱਗਣੀ ਚਾਹੀਦੀ ਸੀ ਐਸੀ। ਜੀ ਜੀ, ਕਿਉਂਕਿ ਇੰਨਾ ਜ਼ਿਆਦਾ ਮਿਸਯੂਜ਼ ਹੋ ਰਿਹਾ ਸੀ, ਕਰੋੜਾਂ ਰੁਪਇਆ, ਔਰ ਆਪਣੀ ਡਿਸਕ੍ਰਿਪਸ਼ਨ 'ਤੇ ਹੋ ਰਿਹਾ ਸੀਗਾ, ਉਹ ਵੀ ਨਹੀਂ ਕੋਈ ਉਹਦੇ ਪਾਸੇ ਕੋਈ ਕੁਛ ਵਰਤੀਦੇ ਨਹੀਂ। ਇਹਦੇ ਨਾਲ ਮੈਂ ਇੱਕ ਜਿਹੜਾ ਪੁਆਇੰਟ ਜੋੜਨਾ ਚਾਹੁੰਦਾ ਜੀ, ਉਹ ਇਹ ਹੈ ਕਿ ਫੋਰੈਸਟ ਆਪਾਂ ਪੰਜਾਬ ਦਾ ਲਈਏ, ਇਸ਼ਤਿਹਾਰ ਜਿਹੜੇ ਦਿੰਦੇ ਸੀ ਹਰ ਸਾਲ ਇਹ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਨੂੰ, ਜੀ ਜੀ, ਪੰਜਾਬ ਸਰਕਾਰ ਦਾ ਕੋਈ 100 ਕਰੋੜ ਰੁਪਏ ਦਾ ਬਜਟ ਹੈ, ਜਿਹਨੂੰ ਇਹ ਇਸ਼ਤਿਹਾਰਾਂ ਦੇ ਜਿਹੜੇ ਅਖਬਾਰਾਂ ਨੂੰ ਦਿੰਦੇ ਸੀ ਉਹ ਤੋਂ ਫਿਰ ਐਕਸਪੈਕਟ ਕਰਦੇ ਸੀ ਕਿ ਸਾਨੂੰ ਸਪੋਰਟ ਕਰਨਗੇ। ਕਹਿਣ ਦਾ ਮਤਲਬ ਹੈ ਕਿ ਇਸ ਬਜਟ ਨੂੰ ਉਹ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਸੀ। ਮੈਂ ਸਮਝਦਾ ਸਿਰਫ ਪੰਜਾਬ ਨਹੀਂ, ਮੈਂ ਬਾਕੀ ਸਰਕਾਰਾਂ ਵੀ ਕਰਦੀਆਂ ਹੋਣੀਆਂ, ਬਿਲਕੁਲ ਹਰ ਜਗ੍ਹਾ, ਹਰਿਆਣਾ ਵੀ ਹੈ, ਦੂਜੇ ਵੀ ਸਭ, ਕਿ ਜੇ ਤੁਸੀਂ ਸਾਡੇ ਹੱਕ ਦੀ ਖਬਰ ਦੇ ਰਹੇ ਹੋ ਤਾਂ ਇਸ਼ਤਿਹਾਰ ਜਾ ਰਹੇ ਹੈ, ਜੇ ਨਹੀਂ ਹੈ ਜਾਂ ਉਹ ਇਸ਼ਤਿਹਾਰ ਘੱਟ ਕਰ ਦਿਓ ਜਾਂ ਬੰਦ ਕਰ ਦਿਓ, ਇਹਨਾਂ ਦੀ ਅਖਬਾਰ ਹੈਗੀ ਹੈ, ਇਹ ਸਫ਼ਰ ਕਰ ਚੁੱਕੇ ਨੇ, ਜਾ ਸਕਣਗੇ। ਜੀ ਜੀ, ਰਾਸ਼ੀ ਜੀ, ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹੁੰਦਾ ਕਿ NRI ਸੰਮੇਲਨ ਗੁਜਰਾਤ 'ਚ ਹੋ ਰਿਹਾ, ਅਹਿਮਦਾਬਾਦ, ਅਤੇ ਯੂਪੀ ਦੇ ਜਿਹੜੇ ਚੀਫ ਮਿਨਿਸਟਰ ਆ ਉਹਨੇ ਵੱਡੇ ਵੱਡੇ ਹੋਰਡਿੰਗ ਜਿਹੜੇ ਹੈਗੇ ਆਪਣੇ ਲਗਾਏ ਵੇ ਹੈਗੇ ਆ ਕਿ ਆਓ ਤੁਸੀਂ ਯੂਪੀ 'ਚ ਜਾ ਕੇ ਇਨਵੈਸਟ ਕਰੋ। ਜੇ ਯੂਪੀ 'ਚ ਇਨਵੈਸਟ ਕਰੀ ਹੈ ਤਾਂ ਉਹਨੇ ਕੋਈ ਚੀਫ ਮਿਨਿਸਟਰ ਜਿਹੜੀ ਸ਼ਕਲ ਹੈ ਉਹ ਦੇਖ ਕੇ ਇਨਵੈਸਟ ਕਰਨੀ ਹੈ ਜਾਂ ਉਹਨੇ ਆਪਣੇ ਇੰਟਰਸਟ ਦੇਖਣੇ ਆ? ਇਹਦੇ ਪ੍ਰਾਸ਼ੀ ਜੀ, ਇਹ ਨਹੀਂ ਲੱਗਦਾ ਕਿ ਬੜੇ ਲੰਬੇ ਸਮੇਂ ਤੋਂ ਜਿਹੜੇ ਸਾਡੇ ਰਾਜਸੀ ਲੋਕ ਹੈਗੇ ਆ ਜਾਂ ਸਤਾ 'ਚ ਜਿਹੜੇ ਬੈਠੇ ਲੋਕ ਹੈਗੇ ਆ ਉਹ ਤੁਹਾਡੇ ਅਤੇ ਸਾਡੇ ਪੈਸੇ ਨੂੰ ਜਿਹੜੀ ਹੈਗੀ ਦੀ ਹੈ ਬਾਕੀ ਆਪਣੀ ਪਰਸਨਲ ਪ੍ਰਮੋਸ਼ਨ ਲਈ ਇਸਤੇਮਾਲ ਕਰ ਰਹੇ ਸੀ? ਹਾਲਤ ਇਹ ਹੋ ਗਈ ਸੀ ਜੀ ਕਿ ਪੰਜਾਬ ਦੇ ਵਿੱਚ, ਮੈਂ ਪੰਜਾਬ ਦੀ ਵਾਰ ਵਾਰ ਜ਼ਿਕਰ ਕਰ ਰਿਹਾ ਜੀ ਕਿਉਂਕਿ ਮੈਂ ਸਮਝ ਗਿਆ ਇੱਥੇ ਸਭ ਤੋਂ ਜ਼ਿਆਦਾ ਹੋ ਰਿਹਾ ਸੀ। ਹਾਲਤ ਇਹ ਸੀ ਕਿ ਈਵਨ ਸੈਂਟਰਲ ਸਕੀਮ ਐਂਬੂਲੈਂਸਾਂ ਉੱਤੇ ਚੀਫ ਮਿਨਿਸਟਰ ਦੀ ਫੋਟੋ, ਭਾਂਡਿਆਂ ਦੇ ਉੱਤੇ CM ਦੀ ਫੋਟੋ, ਸਾਈਕਲਾਂ ਦੇ ਉੱਤੇ CM ਦੀ ਫੋਟੋ, ਮਤਲਬ ਕੀ ਜ਼ਿਕਰ ਹੈ, ਕੀ ਲੋੜ ਹੈ, ਕਿਉਂ ਲਗਾ ਰਹੇ ਹੋ ਪੈਸੇ ਸਰਕਾਰ ਦੇ? ਯਾਦ ਨਹੀਂ, ਮੈਂ ਦੱਸ ਰਿਹਾ ਜਿਹੜਾ ਐਸਾ ਕਹਿ ਰਿਹਾ, ਜਿੱਦਾਂ ਐਂਬੂਲੈਂਸ ਸੀਗੀ 108 ਐਂਬੂਲੈਂਸ ਸਕੀਮ, ਉਹ ਸੈਂਟਰ ਦੀ ਸਕੀਮ ਸੀ, ਸਾਰੇ ਪੈਸੇ ਸੈਂਟਰ ਤੋਂ ਆਏ ਸੀ, ਲੇਕਿਨ ਇੱਥੇ ਇਹਨਾਂ ਦੀ ਤਸਵੀਰਾਂ ਨਾਲ ਲੱਗੀ। ਸੈਂਟਰ ਦੇ ਹੁਣ, ਸਟੇਟ ਦੇ ਹੁਣ, ਪੈਸਾ ਜਿਹੜਾ ਹੈ ਇਟਸ ਟੈਕਸ ਪੇਅਰਸ ਮਨੀ, ਬਿਲਕੁਲ, ਤੇ ਉਹ ਲੋਕਾਂ ਦੇ ਪੈਸੇ ਜਿਹੜਾ ਪਬਲਿਕ ਫੰਡ ਹੈ ਦੈਟ ਇਜ਼ ਬੀਇੰਗ ਯੂਜ਼ਡ ਫਾਰ ਸੈਲਫ ਪ੍ਰਮੋਸ਼ਨ। ਅਸੀਂ ਤੁਹਾਨੂੰ ਯਾਦ ਹੋਣਾ ਪਿਛਲੇ ਦਿਨ ਜੋ ਕੇਂਦਰ ਦੇ ਵਿੱਚ ਅਜੇ ਕਾਂਗਰਸ ਦੀ ਸਰਕਾਰ ਸੀ, ਜਿੱਦਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਮੁੱਦੇ ਤੇ ਲੜਾਈ ਹੋਈ ਕਿ ਜਿਹੜੀ ਹੈਲਥ ਨਾਲ ਰਿਲੇਟਡ ਐਂਬੂਲੈਂਸ ਹੈਗੀ ਹੈ ਉਹਦੇ 'ਤੇ ਚੀਫ ਮਿਨਿਸਟਰ ਦੀ ਫੋਟੋ ਦੇ ਨਾਲ ਕੇਂਦਰ ਦੇ ਸਿਹਤ ਮੰਤਰੀ ਦੀ ਫੋਟੋ ਕਿਉਂ ਨਾ ਜਾਵੇ ਜਿਹੜੀ ਹੈਗੀ ਹੈ ਪੂਰੀ ਫੁੱਲ ਪੇਜ ਦੀਆਂ? ਭਾਬੀ ਜੀ, ਜਿੱਦਾਂ ਆਪਾਂ ਦੇਖਦੇ ਹਾਂ ਕਿ ਪੰਜਾਬ ਡੇ ਹੈ ਜਾਂ ਹਰਿਆਣਾ ਡੇ ਹੈ ਜਾਂ ਕੋਈ ਵੀ ਦਿਨ ਹੈ, ਉਹ ਹਰਿਆਣਾ ਦਿਵਸ ਜਾਂ ਪੰਜਾਬ ਦਿਵਸ ਤਾਂ ਬਿਲਕੁਲ ਥੋੜ੍ਹਾ, ਪਰ ਜਿਹੜਾ ਹੈਗਾ ਉਹ ਪੂਰੇ ਚੀਫ ਮਿਨਿਸਟਰ ਦੀ ਆਦਮਕਦ ਜਿਹੜੀ ਹੈਗੀ ਹੈ ਫੋਟੋ ਜਾਂਦੀ ਸੀ ਸਿੱਧੇ ਤੌਰ 'ਤੇ, ਮਿਸ ਯੂਟੀਲਾਈਜੇਸ਼ਨ ਜਿਹੜੀ ਹੈਗੀ ਹੈ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਹਾਂ, ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਜਿਸ ਤਰ੍ਹਾਂ ਰਾਜਸੀ ਨੇਤਾ ਔਰ ਸਤਾ 'ਚ ਬੈਠੇ ਲੋਕ ਸਰਕਾਰੀ ਧਨ ਦੀ ਦੁਰਵਰਤੋਂ ਕਰਕੇ ਆਪਣੀ ਪ੍ਰਮੋਸ਼ਨ ਕਰਦੇ ਹੈ, ਆਪਣੀ ਪੋਲੀਟੀਕਲ ਪਾਰਟੀ ਦੀ ਪ੍ਰਮੋਸ਼ਨ ਕਰਦੇ ਹੈ, ਉਹਨਾਂ 'ਤੇ ਕਿੱਦਾਂ ਅੰਕਸ਼ ਲੱਗਣਾ ਚਾਹੀਦਾ? ਕਈ ਹੋਰ ਅਹਿਮ ਸਵਾਲ ਹੈ ਜਿਹੜੇ ਅਸੀਂ ਮਹਿਮਾਨਾਂ ਨਾਲ ਸਾਂਝੇ ਕਰਾਂਗੇ। ਵਕਤ ਹੈ ਛੋਟੀ ਜਿਹੀ ਬ੍ਰੇਕ ਦਾ। ਗਲੋਬਲ ਪੰਜਾਬ TV 'ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ।
ਆਪਾਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ, ਇਹ ਮੁੱਦਾ ਕਿਸੇ ਇੱਕ ਸਰਕਾਰ ਦਾ ਨਹੀਂ ਔਰ ਕਿਸੇ ਇੱਕ ਸਟੇਟ ਨਾਲ ਵੀ ਨਹੀਂ, ਇਸੇ ਕਰਕੇ ਸ਼ਾਇਦ ਸੁਪਰੀਮ ਕੋਰਟ ਨੂੰ ਇਸ ਮੁੱਦੇ 'ਤੇ ਫੈਸਲਾ ਲੈਣਾ ਪਿਆ ਕਿ ਆਪਣੀ ਪ੍ਰਮੋਸ਼ਨ ਲਈ, ਆਪਣੇ ਪੋਲੀਟੀਕਲ ਕੈਰੀਅਰ ਲਈ ਕਿਸ ਤਰ੍ਹਾਂ ਤੁਹਾਡੇ ਫੰਡਸ ਜਿਹੜੇ ਹੈਗਾ ਉਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਪੱਬੀ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ 'ਤੇ ਚਰਚਾ ਛੇੜ ਰਹੇ ਸੀ, ਤੁਸੀਂ ਦੇਖੋਗੇ ਜਦੋਂ ਆਪਾਂ ਵਿਕਾਸ ਦੀ ਗੱਲ ਵੀ ਕਰਦੇ ਹਾਂ, ਕਿਸੇ ਪੁਲ ਦਾ ਨੀਂਹ ਪੱਥਰ ਰੱਖਣਾ ਹੁੰਦਾ ਹੈ, ਕਿਸੇ ਬਿਲਡਿੰਗ ਦਾ ਉਦਘਾਟਨ ਕਰਨਾ ਹੁੰਦਾ ਹੈ, ਉਹਦਾ ਤਾਂ ਜਦੋਂ ਉਦਘਾਟਨ ਹੋਏਗਾ ਜਾਂ ਬਿਲਡਿੰਗ ਜਦੋਂ ਕੰਪਲੀਟ ਹੋਏਗੀ ਹੋਏਗੀ, ਪਹਿਲਾਂ ਹੀ ਜਿਹੜਾ ਹੈਗਾ ਲੱਖਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਿਹੜੇ ਹੈ ਅਖਬਾਰਾਂ 'ਚ ਐਡ ਦੇ ਰੂਪ 'ਚ ਦੇ ਕੇ ਦਿੱਤੇ ਜਾਂਦੇ ਆ, ਤੁਸੀਂ ਇਸ ਮੁੱਦੇ 'ਤੇ ਕੀ ਕਹੋਗੇ? ਬਿਲਕੁਲ, ਇਹ ਤਾਂ ਸਹੀ ਗੱਲ ਹੈ, ਬਲਕਿ ਦਿਨੋਂ ਦਿਨ ਇਹ ਤਾਂ ਹੋਰ ਮਾੜਾ ਕੰਮ ਹੋਈ ਜਾ ਰਿਹਾ ਸੀ ਜੀ। ਪਿਛਲੇ ਦਿਨਾਂ ਦੀ ਕਿਤੇ ਮੈਂ ਖਬਰ ਪੜ੍ਹੀ ਸੀਗੀ ਕਿ ਉਹ ਬਟਨ ਲਗਾਏ ਉਹਨਾਂ ਨੇ ਕਿ 10 ਫਾਊਂਡੇਸ਼ਨ ਸਟੋਨ ਇਕੱਠੀਆਂ ਕਰਨੀਆਂ, ਕਿਉਂਕਿ ਹਰੇਕ ਜਗ੍ਹਾ ਚੀਫ ਮਿਨਿਸਟਰ ਜਾ ਨਹੀਂ ਸਕਦਾ, ਤਾਂ ਇੱਕੋ ਹੀ ਕਮਰੇ 'ਚ 10 ਫਾਊਂਡੇਸ਼ਨ ਉੱਥੇ ਬਟਨ ਦੱਬ ਔਰ ਉੱਥੇ ਫਾਊਂਡੇਸ਼ਨ ਸਟੋਨ ਜਾ ਕੇ ਲਗਾ ਦਿੰਦੇ ਬਾਅਦ। ਤਾਂ ਇੰਨੀ ਜ਼ਿਆਦਾ ਪਬਲਿਸਿਟੀ ਕਰੇਜ਼ ਹੈ ਕਿ ਇੱਕ ਇੱਕ ਦਿਨ ਦੇ ਵਿੱਚ 10-10 12-12 ਇਨੋਗਰੇਸ਼ਨਸ ਕਰ ਰਹੇ, ਕਈ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਦੁਬਾਰਾ ਅਤੇ 12-12 ਵੀ ਇਨੋਗਰੇਸ਼ਨ ਹੋਈ। ਜੀ ਅਤੇ ਇਹ ਬਹੁਤ ਜ਼ਿਆਦਾ ਸੈਲਫ ਜਿਹੜਾ ਹੈ ਨਾ ਆਪਣਾ ਉਹਨੂੰ ਪ੍ਰਮੋਸ਼ਨ ਜਿਹੜੀ ਹੈਗੀ ਆਪਣੀ ਜੀ ਬਹੁਤ ਜ਼ਿਆਦਾ ਕਰਨਾ। ਜੀ ਪ੍ਰਸ਼ਨ, ਤੁਸੀਂ ਕੀ ਕਹੋਗੇ ਇਸ ਮੁੱਦੇ 'ਤੇ, ਕਿਉਂਕਿ ਨੀਂਹ ਪੱਥਰਾਂ 'ਤੇ ਕਈ ਵਾਰੀ ਝਗੜੇ ਹੋਏ ਹੈ ਕਿ ਵੀ ਨੀਂਹ ਪੱਥਰ ਤਾਂ ਫਲਾਣੇ ਨੇ ਰੱਖਿਆ ਸੀਗਾ, ਹੁਣ ਫਲਾਣਾ ਉਦਘਾਟਨ ਕਰੇਗਾ, ਅਖਬਾਰਾਂ 'ਚ ਕਦੇ ਇੱਕ ਇਸ਼ਤਿਹਾਰ ਆ ਰਿਹਾ, ਕਦੇ ਦੂਜੇ ਦਾ ਇਸ਼ਤਿਹਾਰ ਹੈ। ਦੇਖੋ ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਹਰ ਬੰਦੇ ਦੀ ਨਾ ਇਹ ਕਮਜ਼ੋਰੀ ਹੈ ਜੀ ਕਿ ਆਪਣੀ ਫੋਟੋ ਦੇਖੇ, ਟੀਵੀ 'ਤੇ ਦੇਖੇ, ਅਖਬਾਰਾਂ 'ਚ ਦੇਖੇ, ਜੀ ਜੀ ਨਾਮ ਹੀ ਛਪ ਜਾਏ ਤਾਂ ਉਹ ਵੀ ਅੱਛਾ ਹੈ। ਲੇਕਿਨ ਜਿਹੜੇ ਬੰਦੇ ਇਲੈਕਟਿਡ ਹੈ, ਰਿਪ੍ਰੈਜੈਂਟੇਟਿਵ ਹੈ, ਉਹ ਦੇ ਹੈਵ ਟੂ ਬੀ ਰੋਲ ਮਾਡਲਸ। ਉਹਨਾਂ ਨੂੰ ਆਮ ਲੋਕਾਂ ਲਈ, ਬਾਕੀਆਂ ਲਈ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਕਿ ਜੀ ਦੇਖੋ ਅਸੀਂ ਜਿਹੜੇ ਹੈ ਪਬਲਿਕ ਫੰਡਸ ਕਮ ਸੇ ਕਮ ਯੂਟੀਲਾਈਜ਼ ਕਰਕੇ ਆਪਣੀ ਸੈਲਫ ਪ੍ਰੋਜੈਕਸ਼ਨ, ਆਪਣਾ ਪਰਸਨੈਲਿਟੀ ਕਲਟ ਅਸੀਂ ਨਹੀਂ ਵਧਾ ਰਹੇ ਜੀ। ਅਤੇ ਲੇਕਿਨ ਮੈਂ ਸਮਝਦਾ ਹਾਂ ਕਿ ਸਿਰਫ ਇਸ 'ਚ ਨਾ ਕਰੇ, ਮੈਂ ਸਿਰਫ ਫੇਲ ਹੋਏ ਹੈ, ਲੇਕਿਨ ਉਹਨਾਂ ਨੇ ਐਕਟਿਵਲੀ ਇਸ ਕਲਟ ਨੂੰ, ਇਸ ਟ੍ਰੈਂਡ ਨੂੰ ਇਹ ਪ੍ਰਮੋਟ ਕੀਤਾ ਹੈ, ਚਾਹੇ ਉਹ ਅਖਬਾਰਾਂ 'ਚ ਲੈ ਲਓ, ਟੀਵੀ 'ਤੇ ਲੈ ਲਓ, ਜਾਂ ਨੀਂਹ ਪੱਥਰ ਲੈ ਲਓ। ਇਹਦੇ 'ਚ ਇੱਕ ਨਵੀਂ ਗੱਲ ਜਿਹੜੀ ਹੈਗੀ ਆ ਉੱਭਰ ਕੇ ਸਾਹਮਣੇ, ਇਹ ਵੀ ਆਉਂਦੀ ਹੈ ਕਿ ਜਿੱਦਾਂ ਬਿਜ਼ਨਸ ਹਾਊਸਿਸ ਜਿਹੜੇ ਹੈਗੇ ਆ, ਚਾਹੇ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ, ਉਹਨੂੰ ਕਰੋੜਾਂ ਰੁਪਏ ਦੀ ਐਡ ਦਿੱਤੀ ਜਾਂਦੀ ਹੈ। ਜਦੋਂ ਇਹ ਫੈਸਲਾ ਲਾਗੂ ਹੋਏਗਾ, ਪੱਬੀ ਜੀ, ਲੱਗਦਾ ਕਿ ਇਹਦੇ ਨਾਲ ਇਹ ਜਿਹੜੇ ਬਿਜ਼ਨਸ ਹਾਊਸਿਸ ਜਿਹੜੇ ਹੈਗੇ ਆ, ਇਹਨਾਂ 'ਤੇ ਵੀ ਕੋਈ ਇੰਪੈਕਟ ਪਏਗਾ? ਹਾਲੇ ਬੜਾ ਅਰਲੀ ਹੈ ਕਹਿਣਾ ਥੋੜ੍ਹਾ, ਕਿਉਂਕਿ ਹਾਲੇ ਇੰਪਲੀਮੈਂਟੇਸ਼ਨ ਪੂਰੇ ਪਤਾ ਨਹੀਂ ਲੱਗੀ ਜਜਮੈਂਟ ਐਗਜੈਕਟਲੀ ਔਰ ਕਿਸ ਤਰ੍ਹਾਂ ਹੁਣ ਗਵਰਨਮੈਂਟਸ ਰਿਐਕਟ ਕਰਨੀ ਹੈ ਜੀ। ਲੇਕਿਨ ਥੋੜ੍ਹਾ ਜਿਹਾ ਤਾਂ ਰੋਕ ਲੱਗੇਗੀ ਨਾ, ਇੱਕ ਪਬਲਿਕ ਪਰਸੈਪਸ਼ਨ ਦੇ ਵਿੱਚ ਆ ਗਿਆ ਔਰ ਪਬਲਿਕ ਦੀ ਸਪੋਰਟ ਇੰਨੀ ਜ਼ਿਆਦਾ ਇਸ ਚੀਜ਼ ਨੂੰ ਜੀ ਜੀ, ਆਪਣੀ ਤੁਸੀਂ ਸੈਲਫ ਪ੍ਰਮੋਸ਼ਨ ਵਾਸਤੇ ਇੰਨਾ ਕੁਛ ਕਰ ਰਹੇ ਹੋ, ਤਾਂ ਉਹ ਡੈਫੀਨੇਟਲੀ ਉਹ ਚੀਜ਼ ਆਏਗੀ। ਔਰ ਖਾਸ ਤੌਰ 'ਤੇ ਜਿੱਦਾਂ ਮਿਸਯੂਜ਼ ਕਰਦੇ ਸੀਗੇ ਕਿ ਕਿਸੇ ਅਖਬਾਰ ਨੂੰ ਜਾਂ ਕਿਸੇ ਚੈਨਲ ਨੂੰ ਇਹਨੂੰ ਫੇਵਰ ਕਰਨਾ ਜਾਂ ਕਿਸੇ ਨੇ ਬਾਂਹ ਮਰੋੜਨੀ ਹੈ, ਤਾਂ ਇਸ ਤਰ੍ਹਾਂ ਦਾ ਬੜਾ ਆਮ ਸੀਗਾ, ਬੜੀ ਓਪਨ ਜਿਹੀ ਚੀਜ਼ ਸੀਗੀ ਜੀ ਜੀ। ਉਹ ਲੱਗਦਾ ਕਿ ਥੋੜ੍ਹਾ ਜਿਹਾ ਉਹ 'ਤੇ ਕਮ ਸੇ ਕਮ ਕੌਨਸ਼ੀਅਸਨੈਸ ਆ ਗਈ ਹੈ, ਥੋੜ੍ਹਾ ਉਹਨੂੰ ਧਿਆਨ ਦੇਣਗੇ। ਓਕੇ ਓਕੇ, ਇਸ ਗੱਲ 'ਤੇ ਲੜਤਾ ਇਹਨਾਂ ਨੂੰ ਹੋਣਾ ਪਏਗਾ, ਕਿਉਂਕਿ ਜੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਦੇ ਬਾਵਜੂਦ ਸਰਕਾਰਾਂ ਇਸ਼ਤਿਹਾਰ ਉੱਦਾਂ ਪਹਿਲੀ ਤਰ੍ਹਾਂ ਚਾਲੂ ਰੱਖਦੀਆਂ, ਤਾਂ ਸਾਡੇ ਤੁਹਾਡੇ ਵਰਗਾ ਕੋਈ ਵੀ ਬੰਦਾ ਜਾ ਕੇ ਕੋਰਟ ਦੇ ਵਿੱਚ ਉਹਦੇ ਖਿਲਾਫ ਕੰਟੈਂਪਟ ਕੋਰਟ ਦਾ ਪਾ ਸਕਦਾ। ਪ੍ਰਸ਼ੀ, ਮੈਂ ਇਸ ਮੁੱਦੇ 'ਤੇ ਤੁਹਾਡੇ ਨਾਲ ਇਹ ਵੀ ਜਾਣਨਾ ਚਾਹੁੰਦਾ ਕਿ ਜਦੋਂ ਇੱਦਾਂ ਦਾ ਜਿਹੜੇ ਇਸ਼ਤਿਹਾਰ ਦਿੱਤੇ ਜਾਂਦੇ ਆ, ਜਿੱਦਾਂ ਤੁਸੀਂ ਕਿਹਾ ਸੀ ਕਿ ਵੀ ਉਹ ਇਹ ਵੀ ਫਿਰ ਆਸ ਕਰਦੇ ਆ ਕਿ ਸਾਡੀਆਂ ਖਬਰਾਂ ਕਿਸ ਤਰੀਕੇ ਨਾਲ ਲਾਈਆਂ ਜਾਣ, ਇੱਕ ਇਹਦੇ 'ਚ ਨਵੀਂ ਗੱਲ ਇਹ ਵੀ ਹੈ ਕਿ ਜਦੋਂ ਕਈ ਵਾਰ ਕੋਈ ਅਖਬਾਰ ਜਾਂ ਕੋਈ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਉਹਨਾਂ ਦੀ ਨੀਤੀ ਮੁਤਾਬਕ ਨਹੀਂ ਚੱਲਦਾ, ਤਾਂ ਉਹਨਾਂ ਦੀ ਬਾਂਹ ਮਰੋੜਨ ਦੇ ਲਈ ਉਹਨਾਂ ਦੀ ਐਡ ਵੀ ਬੰਦ ਕਰ ਦਿੱਤੀ ਜਾਂਦੀ ਹੈ। ਖਾਸ ਤੌਰ 'ਤੇ ਪੰਜਾਬ ਦੇ, ਹਰਿਆਣਾ ਦੇ 'ਚ ਤਾਂ ਬਹੁਤ ਹੀ ਪ੍ਰੈਕਟਿਸ ਰਹੀ ਹੈ ਜਿਹੜੀ। ਬਿਲਕੁਲ ਹੈ ਜੀ, ਅਤੇ ਮੈਨੂੰ ਤਾਂ ਪਰਸਨਲ ਤੌਰ 'ਤੇ ਕਈ ਅਖਬਾਰਾਂ ਦੇ, ਇਹ ਚਾਹੇ ਹਿੰਦੀ ਦੇ ਹੈ, ਪੰਜਾਬੀ ਦੇ ਹੈ, ਅੰਗਰੇਜ਼ੀ ਦੇ ਨਾਮ ਵੀ ਪਤਾ ਹੈ ਜੀ, ਹਾਲਤ ਇਹ ਹੈ ਕਿ ਅਗਰ ਇੱਕ ਅਖਬਾਰ ਨੇ ਉਹਨਾਂ ਦੀ ਖਬਰ ਆਪਣੇ ਢੰਗ ਨਾਲ ਨਹੀਂ ਛਪੀ ਜੀ ਜੀ, ਤਾਂ ਉਹਦੀ ਐਂਟਰੀ ਪੰਜਾਬ ਸਿਵਲ ਸੈਕਟਰੀਏਟ 'ਚ ਬੰਦ ਹੈ, ਹਾਲੇ ਤੱਕ ਬੰਦ ਹੈ। ਕਿਸੇ ਹੋਰ ਅਖਬਾਰ ਦੇ ਇਸ਼ਤਿਹਾਰ ਬੰਦ ਹੈ, ਉਹ ਬਾਅਦ 'ਚ ਮਾਫ਼ੀ ਮੂਫ਼ੀ ਮੰਗ ਲਈ ਤਾਂ ਉਹ ਚਾਲੂ ਹੋ ਗਏ, ਹੁਣ ਇੱਕ ਤੀਜੀ ਅਖਬਾਰ ਦੇ ਇਸ਼ਤਿਹਾਰ ਬੰਦ ਹੈ, ਤਾਂ ਚਲੋ ਅਸੀਂ ਆਪਣੀ ਅਖਬਾਰ ਤਾਂ ਮੈਂ ਜ਼ਿਕਰ ਨਹੀਂ ਕਰਦਾ ਕਿਉਂਕਿ ਸਾਡੇ ਹੋਰ ਹੈ ਜੀ ਜੀ, ਅਤੇ ਲੇਕਿਨ ਇਹ ਆਮ ਤੌਰ 'ਤੇ ਇਹਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ, ਔਰ ਸਰਕਾਰ ਜਾਂ ਪੋਲੀਟੀਸ਼ੀਅਨ ਜਿਹੜਾ ਉਹ ਦੇ ਡੇ ਹੈ, ਉਹ ਇਹ ਸਮਝਦਾ ਹੈ ਕਿ ਮੇਰਾ ਹੱਕ ਹੈ ਕਿ ਇਹਨੂੰ ਮੈਂ ਜਿਵੇਂ ਮਰਜ਼ੀ ਲਗਾਵਾਂ, ਜਿਹਦੇ ਮਰਜ਼ੀ ਨੂੰ ਮੈਂ ਲੁਟਾਵਾਂ, ਜਿਹੜੇ ਮਰਜ਼ੀ ਨੂੰ ਮੈਂ ਖੁਸ਼ ਕਰਾਂ, ਜਿਹਨੂੰ ਨਾ ਖੁਸ਼। ਬਿਲਕੁਲ, ਉਹਨਾਂ ਦੀ ਵਾਹ ਵਾਹ ਕਰਨਗੇ ਤਾਂ ਠੀਕ ਹੈ, ਇਹ ਵੀ ਐਕਸਪੈਕਟ ਕਰਦੇ ਕਿ ਜੇ ਸਾਡੀ ਫੋਟੋ ਲਗਵਾ ਦਿਉ, ਉਹ ਆਲਮੋਸਟ ਇਹ ਪ੍ਰੈਸ਼ਰ ਜੀ ਬੜੀ ਦੇਰ ਇੰਟਰਵਿਊ 'ਚ ਰਹੇ ਜੀ ਜੀ, ਆਲਮੋਸਟ ਹਰ ਦੂਸਰੇ ਦਿਨ ਫੋਨ ਆਉਂਦਾ ਹੈ ਕਿ ਫੋਟੋ ਲਗਾ ਦਿਉ, ਪਤਾ ਨਹੀਂ ਫੋਟੋ ਦੇ ਨਾਲ ਲੈਣੇ ਕਿ ਓਬਸੈਸਡ ਹੈ ਵੀ। ਜਿਹੜਾ ਸਾਡੇ ਕੋਲ ਜੀ, ਜਿਹੜਾ ਸਾਡੇ ਕੋਲ ਫੈਸਲਾ ਆਇਆ ਉਹਦੇ ਮੁਤਾਬਕ ਇਹ ਵੀ ਹੈਗਾ ਕਿ ਵੀ ਸੁਪਰੀਮ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਤੁਸੀਂ ਜਿਹੜਾ ਜਦੋਂ ਕਿਸੇ ਖਾਸ
ਉਹਨਾਂ ਨੂੰ ਐਡ ਦੇਣੀ ਬੰਦ ਕਰੋ, ਕੋਈ ਸਿਸਟਮ ਬਣਨਾ ਚਾਹੀਦਾ। ਲੱਗਦਾ ਕਿ ਸੁਪਰੀਮ ਕੋਰਟ ਦਾ ਜਿਹੜਾ ਦਖਲ ਹੈ ਇਹਦੇ ਨਾਲ ਸਗੋਂ ਮੀਡੀਆ ਦੀ ਆਜ਼ਾਦੀ, ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ, ਉਹਦੀ ਆਜ਼ਾਦੀ ਸਗੋਂ ਵਧੇਗੀ ਜਿਹੜੀ ਹੈਗੀ, ਉਹ ਇੰਡੀਪੈਂਡੈਂਟ ਕੰਮ ਕਰਨਗੇ। ਬਿਲਕੁਲ ਬਿਲਕੁਲ, ਕੋਈ ਇਹ ਸਿਸਟਮ ਹੋਏ, ਕੋਈ ਮੋਨੀਟਰ ਕਰੇ ਇਹਨੂੰ ਕਿਸ ਤਰ੍ਹਾਂ ਹੈ। ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਕਿਸੇ ਦਾ ਬੰਦ ਕਰ ਦਿੱਤੇ ਇਸ਼ਤਿਹਾਰ, ਕਿਸ ਨੂੰ ਬਹੁਤ ਜ਼ਿਆਦਾ ਦੇ ਦਿੱਤੇ। ਇਹ ਤਾਂ ਮਤਲਬ ਜਿੱਦਾਂ ਪੁਰਾਣੇ ਟਾਈਮ ਦੇ ਰਾਜੇ ਮਹਾਰਾਜੇ ਹੁੰਦੇ ਸੀ ਨਾ, ਜਿਹਨੂੰ ਦੇਣਾ ਉਹਨੂੰ ਦੇਣਾ। ਜੀ ਜੀ, ਜਗਤਾਰ ਜੀ ਜਿਹੜਾ ਉਹਨੇ ਜਿਹੜਾ ਸੁਪਰੀਮ ਕੋਰਟ ਨੇ ਬੜਾ ਕਲੀਅਰਲੀ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਇਹਦੀ ਪਾਲਿਸੀ ਬਣਾਓ, ਬਿਲਕੁਲ ਇਹਦਾ ਕ੍ਰਾਈਟੇਰੀਆ ਬਣਾਓ ਜੀ ਜੀ, ਕਿ ਕਿਹੜੀ ਅਖਬਾਰ ਨੂੰ ਕਿਸ ਤਰ੍ਹਾਂ ਦੇਣੇ ਹੈ, ਫੋਟੋ ਜਾਣੀ ਹੈ ਨਹੀਂ ਜਾਣੀ ਹੈ, ਜਾਣੀ ਹੈ ਤਾਂ ਕਿਉਂ ਜਾਣੀ ਹੈ, ਕਿਉਂ ਜਾਣੀ। ਤਾਂ ਇਹਦਾ ਇੱਕ ਵਾਰੀ ਜਦੋਂ ਹੋ ਜਾਏਗਾ ਤਾਂ ਆਟੋਮੈਟਿਕਲੀ ਮੈਨੂੰ ਲੱਗਦਾ ਸਰਕਾਰਾਂ ਉੱਤੇ ਆਪਣੇ ਆਪ ਲਾਈਨ 'ਤੇ ਆ ਜਾਣਗੀਆਂ, ਸਰਕਾਰਾਂ ਵੀ ਲਾਈਨ 'ਤੇ ਆ ਜਾਣਗੀਆਂ। ਪ੍ਰਾਸ਼ਾ ਜੀ ਜਿਹੜਾ ਹੈਗਾ ਤੁਹਾਡਾ ਬੜਾ ਐਕਸਪੀਰੀਅੰਸ ਹੈ ਇਸ ਲਾਈਨ ਦੇ ਅੰਦਰ, ਕਿ ਇਹਦੇ ਨਾਲ ਸਗੋਂ ਜੋ ਸੁਪਰੀਮ ਕੋਰਟ ਨੇ ਡਿਸੀਜਨ ਲਿਆ ਕਿ ਜਿਹੜੀ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ ਉਹਨਾਂ ਨੂੰ ਆਜ਼ਾਦਾਨਾ ਤੌਰ 'ਤੇ ਕੰਮ ਕਰਨ ਦਾ ਮੌਕਾ ਸਗੋਂ ਚੰਗਾ ਮਿਲੇਗਾ। ਬਿਲਕੁਲ ਮਿਲੇਗਾ, ਕਿਉਂਕਿ ਉਹ ਕ੍ਰਾਈਟੇਰੀਆ ਜਿਹੜੀ ਫਿਰ ਸਰਕਾਰ ਦੀ ਜਿਹੜੀ ਡਿਸਕ੍ਰੀਸ਼ਨਰੀ ਪਾਵਰ ਹੈ, ਆਪਣੀ ਮਨਮਰਜ਼ੀ ਕਰਨ ਦੀ ਗੱਲ ਹੈ, ਉਹ ਗੱਲ ਖਤਮ ਹੋ ਜਾਏਗੀ। ਕਿਉਂਕਿ ਜੇ ਪਾਲਿਸੀ ਬਣ ਗਈ ਹੈ ਔਰ ਜੇ ਡਾਇਰੈਕਸ਼ਨ ਬਣ ਗਈ ਹੈ ਤਾਂ ਉਹਦੇ ਮੁਤਾਬਕ ਇਸ਼ਤਿਹਾਰ ਆਉਣਗੇ ਜਾਣਗੇ। ਵੀ ਜੀ, ਜਿੱਦਾਂ ਨੇੜੇ ਜਾ ਕੇ ਇਲੈਕਸ਼ਨ ਦੇ ਹੁੰਦਾ ਕਿ ਖਾਸ ਤੌਰ ਜਿਹੜਾ ਚੋਣ ਕਮਿਸ਼ਨ ਹੈ ਉਹ ਬੜਾ ਐਕਟਿਵ ਹੋ ਜਾਂਦਾ ਹੈ, ਉਹ ਕਹਿੰਦਾ ਕਿ ਜੀ ਮੈਂ ਸਾਰਾ ਹਿਸਾਬ ਕਿਤਾਬ ਰੱਖਾਂਗਾ, ਕਿਹਨੇ ਐਡ ਦਿੱਤਾ, ਪੈਸਾ ਕਿੱਥੋਂ ਆਇਆ, ਸਾਰਾ ਸਿਸਟਮ। ਪਰ ਆਪਣਾ ਤਜਰਬਾ ਇਹ ਹੈ ਕਿ ਇਲੈਕਸ਼ਨ ਅਨਾਊਂਸ ਹੋਣ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਪਤਾ ਹੁੰਦਾ ਹੈ ਕਿ 2 ਮਹੀਨੇ ਨੂੰ 4 ਮਹੀਨੇ ਨੂੰ ਇਲੈਕਸ਼ਨ ਅਨਾਊਂਸ ਹੋਣੀਆਂ ਹੋਣੀਆਂ। ਚੋਣ ਕਮਿਸ਼ਨ ਦੀ ਮਜ਼ਦੂਰੀ ਹੈ ਕਿ ਉਹਨੇ ਇੱਕ ਨਿਸ਼ਚਿਤ ਸਮੇਂ 'ਤੇ ਹੀ ਇਲੈਕਸ਼ਨ ਅਨਾਊਂਸ ਕਰਨੀ ਹੈ। ਉਸ ਤੋਂ ਪਹਿਲਾਂ ਜੇ ਤੁਸੀਂ ਅਖਬਾਰਾਂ ਨੂੰ ਚੁੱਕ ਕੇ ਦੇਖੋ, ਇਲੈਕਟ੍ਰੋਨਿਕ ਮੀਡੀਆ ਨੂੰ ਦੇਖੋ, ਰੇਡੀਓ ਨੂੰ ਦੇਖੋ, ਜਿਹੜਾ ਹੈਗਾ ਖੂਬ ਕੰਪੇਨ ਚੱਲ ਰਹੀ ਹੁੰਦੀ ਹੈ ਵਿਕਾਸ ਜਿਹੜੀਆਂ ਸਰਗਰਮੀਆਂ ਹੈਗੀਆਂ ਵਿਕਾਸ ਦੀਆਂ, ਉਹਦੇ ਨਾਲ ਲੈ ਕੇ ਚੀਫ ਮਿਨਿਸਟਰਾਂ ਦੀਆਂ, ਮਿਨਿਸਟਰਾਂ ਦੀਆਂ ਜਿਹੜੇ ਕਮੈਂਟਸ ਆ ਰਹੇ ਆ, ਉਹਨਾਂ ਦੀਆਂ ਤਸਵੀਰਾਂ ਆ ਰਹੀਆਂ। ਲੱਗਦਾ ਨਹੀਂ ਕਿ ਇਲੈਕਸ਼ਨ ਦੇ ਨੇੜੇ ਜਾ ਕੇ ਖਾਸ ਤੌਰ 'ਤੇ ਪੋਲੀਟੀਕਲ ਪਾਰਟੀਆਂ ਸਰਕਾਰ ਦੇ ਜਾਂ ਲੋਕਾਂ ਦੇ ਜਿਹੜੇ ਫੰਡਸ ਹੈ ਉਹਨੂੰ ਆਪਣੀ ਕੰਪੇਨ ਲਈ ਇਸਤੇਮਾਲ ਕਰਦੀਆਂ। ਤੁਸੀਂ ਸਹੀ ਕਿਹਾ, ਬਲਕਿ ਜਿਹੜੇ ਮਾਰਕੀਟਿੰਗ ਵਾਲੇ ਹੈ ਸਾਰੇ ਅਖਬਾਰਾਂ ਦੇ ਔਰ ਟੀਵੀ ਚੈਨਲਾਂ ਦੇ ਮਾਰਕੀਟਿੰਗ ਵਾਲੇ, ਉਹਨਾਂ ਵਾਸਤੇ ਇਲੈਕਸ਼ਨ ਤੋਂ 2 ਮਹੀਨੇ ਦਾ ਪਹਿਲੇ ਦਾ ਟਾਈਮ ਜਿਹੜਾ ਉਹ ਬਹੁਤ ਵਧੀਆ ਰਹਿੰਦਾ, ਕਿਉਂਕਿ ਉਹ ਸਾਰੇ ਭਰੇ ਹੁੰਦੇ ਆ ਅਖਬਾਰਾਂ, ਟੀਵੀ ਚੈਨਲ ਸਾਰੇ ਭਰੇ ਹੁੰਦੇ, ਕਿਉਂਕਿ ਪਤਾ ਇੱਕ ਵਾਰੀ ਮਾਡਲ ਕੋਡ ਆਫ ਕੰਡਕਟ ਆ ਗਿਆ ਤਾਂ ਇਲੈਕਸ਼ਨ ਫਿਰ ਨਹੀਂ ਹੋਏਗਾ। ਜੀ ਜੀ, ਪ੍ਰਾਸ਼ੀ ਜੀ, ਤੁਹਾਡਾ ਵੀ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੋਗੇ, ਕਿਉਂਕਿ ਬਹੁਤ ਖੁੱਲ੍ਹਾ ਮੌਕਾ ਹੁੰਦਾ ਹੈ ਇਹਨਾਂ ਪਾਰਟੀਆਂ ਨੂੰ ਆਪਣੇ ਗਫੇ ਦੇ ਕੇ ਆਪਣੇ ਹੱਕ 'ਚ ਕੰਪੇਨ ਚਲਾਉਣ ਦਾ। ਬਿਲਕੁਲ, ਮੈਂ ਤਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅੱਜ ਮੈਂ ਇੱਕ ਬੜੇ ਪੰਜਾਬ ਦੇ ਟੌਪ ਦੇ ਪੋਲੀਟੀਸ਼ੀਅਨ ਨਾਲ ਬੈਠਾ ਸੀ। ਜੀ ਜੀ, ਉਹ ਇਹੀ ਫਰਮਾ ਰਹੇ ਸੀ ਕਿ ਹੁਣ ਇਲੈਕਸ਼ਨ 2017 ਫਰਵਰੀ 'ਚ ਹੋਣੇ ਹੈ ਤਾਂ ਅਗਲੇ ਸਾਲ ਸਵਾ ਸਾਲ 'ਚ ਅਸੀਂ ਪੰਜਾਬ ਦੇ ਵਿੱਚ ਵਿਕਾਸ ਦਾ ਹੜ ਲਿਆ ਦੇਣਾ ਜੀ, ਹਰ ਸੜਕ ਬਣਾ ਦਿਆਂਗੇ, ਪੁਲ ਬਣਾ ਦਿਆਂਗੇ, ਇਹ ਕਰ ਦਿਆਂਗੇ। ਤੁਸੀਂ ਦੇਖਣਾ ਕੀ ਕਾਇਆ ਕਲਪ ਹੁੰਦੀ ਹੈ, ਉਹ ਨੈਚੁਰਲੀ ਅਖਬਾਰਾਂ ਵਿੱਚ ਪ੍ਰੋਜੈਕਟ ਹੋਏਗਾ, ਚਾਹੇ ਇਸ਼ਤਿਹਾਰਾਂ ਦੇ ਜ਼ਰੀਏ ਜਾਂ ਖਬਰਾਂ ਦੇ ਜ਼ਰੀਏ। ਪ੍ਰਾਸ਼ੀ ਜੀ, ਉਹ ਹੜ ਜਿਹੜਾ ਹੈਗਾ ਧਰਤੀ 'ਤੇ ਆਵੇ ਚਾਹੇ ਨਾ ਆਵੇ, ਪਰ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ 'ਚ ਜ਼ਰੂਰ ਜਿਹੜਾ ਹੈਗਾ। ਅਭੀ ਜੀ, ਇਸ ਸਾਰੇ ਮੁੱਦੇ ਦੇ ਨਾਲ ਇੱਕ ਹਿਊਮਨ ਐਂਗਲ ਵੀ ਜੁੜਿਆ ਹੋਇਆ ਹੈ ਕਿ ਜਿਹੜੀਆਂ ਨੈਸ਼ਨਲ ਹਾਈਵੇਜ਼ ਆ, ਦੂਜਿਆਂ 'ਤੇ ਉੱਥੇ ਵੱਡੇ ਵੱਡੇ ਹੋਰਡਿੰਗ ਲੱਗਦੇ ਹੈ, ਚਾਹੇ ਉਹ ਹੁੱਡਾ ਦੀ ਗੱਲ ਕਰਨ, ਚਾਹੇ ਚੁਟਾਲਾ ਦੀ ਗੱਲ ਕਰਨ, ਪੰਜਾਬ ਦੀ ਗੱਲ ਕਰਨ, ਤਾਂ ਉਹਦੇ ਨਾਲ ਇੱਕ ਛੋਟਾ ਜਿਹਾ ਸਲੋਗਨ ਨਾਲ ਚੀਫ ਮਿਨਿਸਟਰ ਦੀ ਕਿਸੇ ਮਿਨਿਸਟਰ ਦੀ ਤਸਵੀਰ। ਬਲਕਿ ਕਈ ਵਾਰ ਜਿਹੜਾ ਗੱਡੀ ਡਰਾਈਵ ਕਰ ਰਿਹਾ ਆਦਮੀ ਆ, ਉਹਦਾ ਜਦੋਂ ਧਿਆਨ ਉੱਪਰ ਜਾਂਦਾ ਤਾਂ ਐਕਸੀਡੈਂਟ ਹੋਣ ਦਾ ਵੀ ਡਰ ਬਣਿਆ ਰਹਿੰਦਾ। ਬਿਲਕੁਲ ਬਿਲਕੁਲ, ਬਲਕਿ ਤੁਸੀਂ ਇਹ ਨੋਟ ਕੀਤਾ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਇਸ ਕਰਕੇ ਇਸ਼ਤਿਹਾਰ ਬੰਦ ਹੈ, ਜਿਹੜੇ ਅਖਬਾਰ ਤੁਸੀਂ ਸੜਕਾਂ ਦੇ ਆਸ ਪਾਸ ਨਹੀਂ ਇਸ਼ਤਿਹਾਰ ਲਗਾ। ਜੀ ਜੀ, ਉਹਦਾ ਮੇਜਰ ਰੀਜ਼ਨ ਇਹ ਹੈ ਕਿ ਤਾਂ ਕਿ ਡਿਸਟ੍ਰੈਕਸ਼ਨ ਨਾ ਹੋਵੇ। ਬਿਲਕੁਲ, ਜਦਕਿ ਇਹ ਜ਼ਿਆਦਾ ਟ੍ਰੈਂਡ ਬਣ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਸ਼ਤਿਹਾਰ ਆਉਣ ਲੋਕਾਂ ਦੇ। ਜੀ ਜੀ, ਰੋਕਿਆ ਜਾਵੇ ਇਹਨਾਂ ਨੂੰ। ਪ੍ਰਾਸ਼ੀ, ਸਾਨੂੰ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ, ਇੱਕ ਇੰਪੋਰਟੈਂਟ ਕੁਐਸਚਨ ਮੈਂ ਤੁਹਾਡੇ ਤੋਂ ਇਹ ਵੀ ਦਰਸ਼ਕਾਂ ਲਈ ਸ਼ੇਅਰ ਕਰਨਾ ਚਾਹਾਂਗਾ, ਉਹ ਹੈ ਕਿ ਵੀ ਜਦੋਂ ਸ਼ਹਿਰਾਂ ਅਤੇ ਕਸਬਿਆਂ ਦੇ ਅੰਦਰ ਜਿਹੜੇ ਹੈਗੇ ਆਦਮਕਦ ਹੋਰਡਿੰਗ ਲੱਗਦੀਆਂ ਔਰ ਪਬਲਿਕ ਪਲੇਸਿਸ 'ਤੇ ਲੱਗਦੀਆਂ, ਚਾਹੇ ਉਹ ਕਿਸੇ ਨੇ ਆਪਣੇ ਵੱਲੋਂ ਪੈਸੇ ਦੇ ਕੇ ਲਗਾਏ ਹੋਣ, ਉਹ ਸੜਕਾਂ ਦੇ ਉੱਤੇ ਜਿਹੜੀ ਪਬਲਿਕ ਥਾਂ ਹੈ ਉੱਥੇ ਜਾ ਕੇ ਲੱਗਦੀਆਂ, ਕਿ ਇਹਨਾਂ 'ਤੇ ਵੀ ਇਸ ਤਰ੍ਹਾਂ ਦਾ ਨੋਟਿਸ ਨਹੀਂ ਲੱਗਣਾ ਚਾਹੀਦਾ, ਨਹੀਂ ਲੱਗਣੇ, ਕਿਉਂਕਿ ਬਹੁਤ ਵੱਡੇ ਉਹ ਕਈ ਵਾਰੀ ਹਾਦਸਿਆਂ ਦਾ ਕਾਰਨ ਬਣਦੇ ਆ। ਜਗਤਾਰ ਜੀ, ਇਹ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਦੇਖੋ, ਚੰਡੀਗੜ੍ਹ ਦਾ ਜਿਹੜੇ ਡਿਜ਼ਾਈਨ ਕੀਤਾ ਕਰਬੂਜ਼ੀਅਰ ਨੇ, ਜੀ ਜੀ, ਹੁਣ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇੱਕ ਚੰਡੀਗੜ੍ਹ ਦੇ ਵਿੱਚ ਐਡਵਰਟਾਈਜ਼ਮੈਂਟ ਕੰਟਰੋਲ ਆਰਡਰ ਵੀ ਲਾਗੂ ਕੀਤਾ। ਜੀ ਜੀ, ਉਹਦੇ ਨਾਲ ਇਹ ਹੈ ਕਿ ਪਬਲਿਕ ਪਲੇਸਿਸ 'ਤੇ ਜਿਹੜੇ ਇਸ਼ਤਿਹਾਰ ਲੱਗਦੇ ਆ ਉਹਨਾਂ ਨੂੰ ਕੰਟਰੋਲ ਕਰਦੇ, ਈਵਨ ਇਸ਼ਤਿਹਾਰਾਂ ਦਾ ਸਾਈਜ਼ ਜਿਹੜਾ ਉਹਨੇ ਸੈੱਟ ਕੀਤਾ ਸੀ। ਪੰਜਾਬ, ਹਰਿਆਣਾ, ਬਾਕੀ ਸਟੇਟਾਂ 'ਚ ਕੋਈ ਇਹਨਾਂ ਦਾ ਹੈ ਹੀ ਨਹੀਂ ਕੋਈ। ਵਿਦ ਰਿਜ਼ਲਟ ਕੇ ਜਿਹੜੇ ਲੋਕਲ ਲੀਡਰ ਹੈ ਉਹ ਐਡੇ ਐਡੇ ਵੱਡੇ ਆਪਣੇ ਲੀਡਰਾਂ ਦੇ ਇਸ਼ਤਿਹਾਰ ਲਾ ਕੇ ਥੱਲੇ ਹੱਥ ਜੋੜ ਕੇ ਉਹਨਾਂ ਦੀ ਛੋਟੀ ਜਿਹੀ ਫੋਟੋ ਲੱਗੀ ਹੁੰਦੀ ਹੈ ਕਿ ਦਾਸ ਸੇਵਕ ਜਿਹੜਾ ਹੈਗਾ ਹਾਜ਼ਰ ਹੈ ਤੁਹਾਡੀ ਸੇਵਾ 'ਚ, ਉਹਦੀ ਵੀ ਪਬਲਿਸਿਟੀ, ਆਪਣੀ ਵੀ ਹਾਜ਼ਰੀ ਲੱਗ ਗਈ, ਲੋਕਾਂ ਦਾ ਧਿਆਨ ਪਤਾ ਨਹੀਂ ਜਾਂਦਾ ਨਹੀਂ ਜਾਂਦਾ। ਇੱਕ ਜ਼ਮਾਨਾ ਸੀ
ਪੋਲੀਟੀਕਲ ਪਾਰਟੀਜ਼ ਹੈ ਅਤੇ ਜਿਹੜੇ ਪ੍ਰਮੋਸ਼ਨ ਹਾਊਸਿਸ ਹੈ ਉਹਨਾਂ 'ਚ ਕਿਸ ਤਰ੍ਹਾਂ ਦੀ ਹਲਚਲ ਪੈਦਾ ਹੋਈ ਹੈ। ਇੱਥੋਂ ਦੇ ਜਿਹੜੇ ਨੇਤਾ ਹੈਗੇ ਆ ਉਹਨਾਂ ਨੂੰ ਸੋਹਲੇ ਗਾਉਣ ਵਾਲੇ ਬੜੇ ਚੰਗੇ ਲੱਗਦੇ ਹੈ, ਜਿੱਦਾਂ ਮੇਰੇ ਖਾਸ ਤੌਰ 'ਤੇ ਜਿਹੜੇ ਮਹਿਮਾਨ ਆ ਉਹਨਾਂ ਨੇ ਕਮੈਂਟਸ ਕੀਤੇ ਹੈ ਕਿ ਜਦੋਂ ਸਵੇਰ ਨੂੰ ਕੋਈ ਨੇਤਾ ਅਖਬਾਰ ਦੇ 'ਚ ਆਪਣੀ ਤਸਵੀਰ ਨਾ ਦੇਖ ਲਏ ਜਾਂ ਇਲੈਕਟ੍ਰੋਨਿਕ ਮੀਡੀਆ 'ਤੇ ਰੰਗ ਬਿਰੰਗੀ ਆਪਣੀ ਤਸਵੀਰ ਨਾ ਦੇਖ ਲਏ ਤਾਂ ਉਸਨੂੰ ਲੱਗਦਾ ਨਹੀਂ ਕਿ ਮੇਰਾ ਹੀ ਸਿੱਕਾ ਚੱਲਦਾ। ਇਹ ਸਾਰਾ ਕੁਝ ਜਿਹੜੇ ਸਾਡੇ ਆਗੂ ਕਰ ਰਹੇ ਹੈ ਭਗਤ ਸਿੰਘ ਜਾਂ ਇੱਦਾਂ ਦੇ ਜਿਹੜੇ ਹੋਰ ਜਿਹੜੇ ਸਾਡੇ ਸ਼ਹੀਦ ਹੈ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਆਪਣੇ ਲੋਕਾਂ ਦੇ ਲਈ ਜਿਹੜੀਆਂ ਆਪਣੀਆਂ ਜਾਨਾਂ ਵਾਰੀਆਂ, ਕਿ ਉਹਨਾਂ ਨੇ ਇੱਦਾਂ ਦਾ ਭਾਰਤ ਚਿੱਤ ਪਿਆ ਸੀ ਕਿ ਰਾਜਸੀ ਆਗੂ ਨੂੰ ਤੁਹਾਡੇ ਫੰਡ 'ਚੋਂ ਜਿਹੜੇ ਹੈਗੇ ਪੈਸਿਆਂ ਦਾ ਇਸਤੇਮਾਲ ਕਰਕੇ ਆਪਣੀਆਂ ਪ੍ਰਮੋਸ਼ਨਾਂ ਕਰਨੀਆਂ ਪੈਣਗੀਆਂ। ਇਹਨਾਂ ਮੁੱਦਿਆਂ 'ਤੇ ਚਰਚਾ 'ਚ ਆਉਣ ਦੇ ਲਈ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਦਰਸ਼ਕਾਂ ਲਈ ਸਾਡੇ ਪ੍ਰੋਗਰਾਮ ਦਾ ਸੁਨੇਹਾ ਜਗਤਾਰ ਸਿੱਧੂ @globalpunjabtv.com। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ।